ਸਭ ਮਹਾਰਾਜ ਦੀ ਕਿਰਪਾ ਆ, ਉਸ ਦੀ ਬਖਸ਼ਿਸ਼ ਆ ਕਿ ਜਿਸ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਕਿ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੀ ਆਹ ਜਿਹੜਾ ਜਨਤਾ ਹੋਸਪਿਟਲ ਮਿਲਿਆ ਡਾਕਟਰ ਸਾਹਿਬ ਨੇ, ਡਾਕਟਰ ਜੀ ਐੱਸ ਗਿੱਲ ਨੇ ਜਿਸ ਤਰ੍ਹਾਂ ਬਹੁਤ ਮਿਹਨਤ ਕੀਤੀ, ਬੜਾ ਉੱਦਮ ਸੀ ਉਹਨਾਂ ਦੇ ਵਿੱਚ, ਅਤੇ ਜਿਸ ਕਰਕੇ ਉਹਨਾਂ ਇਹ ਸਾਰਾ ਹੋਸਪਿਟਲ ਉਹਨਾਂ ਨੇ ਖੜ੍ਹਾ ਕੀਤਾ, ਨਾਲ ਹੀ ਫਿਰ ਆਕਸਫੋਰਡ ਹੋਸਪਿਟਲ, ਅਤੇ ਗਾਹਾਂ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਦੇ ਨਾਲ, ਸਤਿਗੁਰ ਦੀ ਮਿਹਰਬਾਨੀ ਦੇ ਨਾਲ ਜਿਹੜੇ ਬੱਚੇ ਵੀ ਇੱਧਰ ਨੂੰ ਤੁਰ ਪਏ ਆ, ਅਤੇ ਡਾਕਟਰ ਗੁਰਬੀਰ ਸਿੰਘ ਗਿੱਲ ਜਿਹੜਾ ਕਾਰਡੀਓਲੋਜਿਸਟ ਹੈ, ਜਿਸ ਦੀ ਆਪ ਜੀ ਹੁਣੇ ਗੱਲ ਕਰਕੇ ਹਟੇ ਹਾਂ ਕਿ ਉਹ ਚਾਹੇ ਇੰਗਲੈਂਡ ਤੋਂ ਪੜ੍ਹ ਕੇ ਆਇਆ, ਪਰ ਉਸ ਦਾ ਜਿਹੜਾ ਦਿਲ ਬਹੁਤ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਰਹਿੰਦਾ, ਕਿ ਜਿਸ ਕਰਕੇ ਉਸ ਦੇ ਉੱਪਰ ਆਸ਼ੀਰਵਾਦ ਹੈ, ਅਤੇ ਜਿਸ ਤਰ੍ਹਾਂ ਉਸਨੇ ਆਕਸਫੋਰਡ ਹੋਸਪਿਟਲ ਦੇ ਵਿੱਚ ਆਪ ਜੀ ਨੂੰ ਪਤਾ ਹੀ ਹੈ, ਆਪ ਤਾਂ ਹਰ ਵੇਲੇ ਨਾਲ ਸਾਰੇ ਸੰਬੰਧਿਤ ਹੋ, ਕਿ ਉਸਨੇ ਦੇਖਿਆ ਕਿ ਕਿਸ ਤਰ੍ਹਾਂ ਇੱਥੇ ਸਟੰਟ ਦਾ ਜਿਹੜਾ ਹੈ ਚੱਲ ਰਿਹਾ ਬਹੁਤ ਰਿਵਾਜ, ਕਿ ਇਹ ਸ਼ੁਰੂ ਕੀਤਾ ਕਿ ਬਿਨਾਂ ਸਟੰਟ ਅਤੇ ਬਿਨਾਂ ਆਪਰੇਸ਼ਨ ਤੋਂ ਵੀ ਦਿਲ ਦੇ ਰੋਗੀਆਂ ਦਾ ਇਲਾਜ ਹੋ ਸਕਦਾ, ਅਤੇ ਉਹਨੇ ਕੀਤਾ ਵੀ ਬਹੁਤ ਜ਼ਿਆਦਾ।